अस्सलाम वालेकुम दोस्तों, तुम वेख रहे हो इतमाद टीवी। तो मैं थोड़ा दोस्त मोहम्मद आसिफ दोस्तों थोड़े वास्ते लैके आए हैं दो मझा। दोस्तों मझा वेखन तो पहले साढ़े चैनल करो सब्सक्राइब तो बैल आइकन बटन जरूर प्रेस करो कि ताकि साड़ी हार आवन वाली वीडियो थोड़े तक पहुँच सके। कैमरामैन मझा खांदा, फिर आप मालिक ना गल करने। अच्छा भाई नु सद बुलाओ बेटा। हां जी वीरा जी, अस्सलाम वालेकुम जी। वालेकुम सलाम, की हाल है? की हाल, ठीक हो? की नाम जी? आसिफ जवेद मेरा नाम। दोस्तों भाई दा नाम आसिफ जवेद, 421 सनपाल, सनपाल तानले, तहसील तानलियां वाला, जिला फैसलाबाद, बिल्कुल तानले शहर दे नाल ही रहण जिहड़ियां दोवें मज्जां खड़ोतियां ने। अच्छा भाई आसिफ, आ किन्ने सूए ते भजन पहले ने? पहले ने पहला सुआ सोवणा ही सुआ सोवणा। कितने दिन कट गए? ਜੋਤੀ ਚੰਗੀ ਮਾਸ਼ਾਅੱਲਾ।
ਨਸੀਬਾਂ ਚੋਣੀ ਹੈ ਕੋਈ ਪਤਾ ਨੀ ਥਣਾ ਦਾ ਕੀ ਨੀ ਖੁਸ਼ੀ ਕਿਸੇ ਦਾ ਛੱਟਾ ਨੀ ਕਦੇ ਨਸੀਬ ਆਪਣੇ ਆਪ ਉਹ ਤਾਂ ਗੱਲ ਤੁਹਾਡੀ ਸਹੀ ਹੈ ਰੇਟ ਥੋੜ੍ਹਾ ਜਿਹਾ ਜਾਇਜ਼ ਕਰੋ ਨਾ ਇਹ ਘਣਾ ਮੇਰੇ ਵਿਚਾਰ ਚਲੋ 85 ਕਰ ਲਿਆ ਤੁਹਾਡੀ ਜਾਤ ਵਾਸਤੇ ਪਹਿਲੀ ਵਾਰੀ ਆਇਓ ਇਸ ਤੋਂ ਘੱਟ ਨਹੀਂ ਨਹੀਂ ਜੀ ਇਸ ਮੈਂ ਤਾਂ ਕਰ ਲਓ ਥੋੜ੍ਹਾ ਨਹੀਂ ਜੀ ਅੱਛਾ ਚਲੋ ਠੀਕ ਹੈ ਅਤੇ ਆਹ ਜਿਹੜੀ ਦੂਸਰੀ ਮੱਝ ਇਹ ਵੀ ਪਹਿਲਾਂ ਨੇ ਜੀ ਪਹਿਲਾਂ ਸੂਈ ਪਹਿਲਾਂ ਸੂਈ ਹੋਈ ਅੱਛਾ ਜੀ ਕਿੰਨੇ ਦਿਨ ਦੀ ਸੂਈ ਹੋਈ ਇਹਨੂੰ ਤਕਰੀਬਨ ਹੋ ਗਏ 15 ਦਿਨ ਸੂਈ ਪੱਕੇ ਦੱਸ ਪੱਕੇ 15 ਦਿਨ ਥੱਲੇ ਬੱਚਾ ਕੀ ਹੈ ਕੱਟੀ ਹੈ ਕੱਟੀ ਅਤੇ ਇਸ ਟਾਈਮ ਦੁੱਧ ਕਿੰਨਾ ਕੁ ਦੇ ਰਹੀ ਇਹਦੇ ਕੋਲ ਹੈ ਜੀ ਇਸ ਟਾਈਮ 12 ਕਿਲੋ ਬੱਚੇ ਸਮੇਤ ਬੱਚੇ ਸਮੇਤ 12 ਕਿਲੋ ਹਾਂਜੀ ਅੱਛਾ ਯਾਨੀ ਕਿ ਮੁਕੰਮਲ 24 ਦੋਵਾਂ ਟਾਈਮਾਂ ਦਾ 12 ਕਿਲੋ 12 ਕਿਲੋ ਦੋ ਟਾਈਮ ਅੱਛਾ ਚੋਕ ਵੇਖ ਲੈਣ ਅੱਛਾ ਅਤੇ 15 ਦਿਨਾਂ ਦੀ ਸੂਈ ਹੋਈ ਹਾਂਜੀ ਸਾਨੂੰ ਜਿਤਨਾ ਦੱਸ ਰਹੇ ਇਨਸ਼ਾਅੱਲਾ ਗਰੰਟੀ ਨਾਲ ਆਖ ਰਹੇ ਕਿ ਇਤਨਾ 12 ਲੀਟਰ ਦੋਵਾਂ ਟਾਈਮਾਂ ਦਾ ਥੱਲੇ ਦੁੱਧ ਹੈ ਇਸ ਟਾਈਮ 15 ਦਿਨਾਂ ਦੀ ਸੂਈ ਥੱਲੇ ਕੱਟੀ ਸੋ ਹੁਣ ਇਹ ਚੂਈ ਕਲੀਏ ਅਗਰ ਤੁਸੀਂ ਕਿਸੇ ਦੋਸਤ ਆਉਂਦਾ ਵੀ ਹੁੰਦੇ ਵਾਨਾ ਕੋਈ ਨਹੀਂ ਥੱਲੇ ਚੱਡਾ ਨਹੀਂ ਇਤਨਾ ਤਾਂ ਦੁੱਧ ਨਹੀਂ ਦੇਣ ਲੇਕਿਨ 20 ਮਿੰਟ ਹੋ ਗਏ ਇਹਨੂੰ ਚੋਈ ਹੋਈ ਨੂੰ ਅਤੇ ਥੱਲੇ ਕੱਟੀ ਸੁ ਅਤੇ ਇਹਦੇ ਬਾਈ ਆ ਸਿਰਫ ਕੀਮਤ ਇਹਦੀ ਵੀ ਜਾਇਜ਼ ਜਾਇਜ਼ ਕਰਿਆ ਹੈ ਇਹਦੀ ਭਾਈ 2 ਲੱਖ ਕੀਮਤ 2 ਲੱਖ ਆਸੇ ਸਭ ਤੋਂ ਥਾਣਾ ਬਣਾਉਣਾ ਅੱਛਾ ਥਾਣਾ ਤਾਂ ਕੋਈ ਮਸਲਾ ਥਾਣਾ ਇੱਕ ਆਨੇ ਦਾ ਵੀ ਨਹੀਂ ਨੁਕਸਾਨ ਹੁਣ ਛੱਟਾ ਫੁਆਰਾ ਕੋਈ ਸਾਡੀ ਅੱਛਾ ਅਤੇ ਕੀਮਤ ਹੁਣ ਜਾਇਜ਼ ਕਰੋ ਮੈਂ ਤਾਂ ਕੀਮਤ ਜਾਇਜ਼ ਮੰਗੀ ਨਹੀਂ ਸਾਡੇ ਹਿਸਾਬ ਨਾਲ ਜਾਇਜ਼ ਨਹੀਂ ਗਣੀ ਤਾਂ ਫਲ ਵੀ ਖਾ ਲਓ ਜੀ ਖਾ ਲੈ ਫਲ ਦਾ ਉਹ ਖੜਾ ਹੈ ਪਰਲੇ ਪਾਸੇ ਆ ਜਿਹੜਾ ਫਲ ਹੈ ਅੱਛਾ ਫਲ ਵੀ ਖਾ ਦਿੰਦੇ ਅਤੇ ਕੀਮਤ ਦੀ ਥੋੜ੍ਹਾ ਜਿਹਾ ਜਾਇਜ਼ ਕਰੋ ਕੀਮਤ ਗਣੀ ਹੈ ਜੀ ਸਾਨੂੰ 5-7 ਦਾ ਘਟਾ ਲਓ 5 ਤੂੰ 7 ਹਾਂ ਉਹ 5 ਤੇ 7 ਦੀ ਹੋ ਨਹੀਂ ਉਹ ਇਕੱਠਾ ਦਾ ਨਾ 12 ਘਟਾਓ ਨਹੀਂ ਨਹੀਂ ਤੁਸੀਂ ਮਰ ਆਪ ਘਟਾਓ ਨਾ ਕਿ ਇਤਨੇ ਦੀ ਦੇਣੀ ਫਾਈਨਲ ਜਿਤਨੇ ਇੱਕ ਹੋਵੇ ਉਤਨਾ ਇੱਕ ਰੇਟ ਮੰਗੋ ਨਾ ਜੀ ਸਾਡੇ ਹਿਸਾਬ ਨਾਲ ਤਾਂ ਘਣਾ ਰੇਟ ਮਹਿਸੂਸ ਹੁੰਦਾ ਪਰ ਸਾਨੂੰ ਤਾਂ ਤੁਸੀਂ 92-93 ਦੀ ਕਰ ਲਓ ਜੀ ਇਹ ਕਿਹੜਾ ਹਿਸਾਬ ਹੈ ਜੀ ਲੋਕੀ 70-80-90 ਤਾਂ ਹੀ ਕਰਦੇ ਨੇ ਤੁਸੀਂ ਆ ਚਲੋ ਤੁਸੀਂ 90 ਤੇ ਕਰ ਲਓ ਹੁਣ ਐਵੇਂ ਸਹੀ 90 ਤੇ ਕਰ ਲਓ 90 ਤੇ ਵੀ ਆਸਿਫ ਸਾਹਿਬ ਘਣੇ 90 ਐਂਡ ਹੈ ਜੀ 90 ਠੀਕ ਹੈ ਨਹੀਂ 90 ਤੇ ਥੱਲੇ ਕੋ ਜਾਇਦ ਹੋਰ ਕਰੋ 90 ਜੀ ਬਾ ਰੇਟ ਵੀ ਵੇਖੋ ਨਾ ਕਿੱਥੇ ਰੇਟ ਆਪਣਾ ਖੋਤਾ ਹੈ ਹਾਲਾਤ ਹੀ ਬੜੇ ਟਫ ਹੋਏ ਖੜੇ ਤਬਦੀਲੀ ਆਈ ਹੋਈ ਹੈ ਜਿੱਥੇ ਵੀ ਜਾਂਦੇ ਹਰ ਬੰਦਾ ਤਬਦੀਲੀ ਸਾਨੂੰ ਸ਼ੋ ਕਰਦਾ ਲੇਕਿਨ ਤਬਦੀਲੀ ਜ਼ਰੂਰ ਆਈ ਹੈ ਅਤੇ ਇਤਨਾ ਰੇਟ ਵੀ ਦੇਖੋ ਨਾ ਅੱਗੇ 720 ਦਾ ਚੌਕਰ ਦੀ ਵੱਡੀ ਬੋਰੀ ਆਏ ਹੁਣ 930 ਰੁਪਏ ਦੀ ਹੈ ਅਤੇ ਉਹ ਤਬਦੀਲੀ ਦਾ ਸਾਰਾ ਅਸਰ ਇੱਕ ਤਾਂ ਨਹੀਂ ਨਾ ਸਕੋ ਜੀ ਹੁਣ ਐਵੇਂ ਹੀ ਹੁੰਦਾ ਨਾ ਕਨਾਲ ਪੱਠਿਆਂ ਦੀ ਲੈਣ ਜਾਓ 6000 ਤੋਂ ਕਨਾਲ ਪੱਠਿਆਂ ਦੀ ਮਕਈ ਦਿੰਦੇ ਅੱਗੇ 3000 ਦਾ ਲਾਭ ਜਾਂਦੀ ਹੈ ਜੀ ਜੀ ਅੱਧੋ ਅੱਧ ਫਰਕ ਪੈ ਗਿਆ ਮੋੜ ਵੀ ਜੀ ਕੋਈ ਜਾਇਜ਼ ਬਣਾਉਣ ਜੁੜਨ ਵਾਲੀ ਗੱਲ ਕਰੋ ਨਾ ਪਿਆਰ 90 ਥੱਲੇ ਜੀ ਨਹੀਂ ਆਵੇਂ ਜਾਂਦਾ ਮੈਂ ਤਾਂ ਨਾ ਕਰੋ ਤੇ ਥੋੜਾ ਠੀਕ ਹੈ ਜੀ 90 ਕੋਈ ਪਿਆਰ ਮੁਹੱਬਤ ਕਰੋ ਸਾਨੂੰ ਆਇਆਂ ਨੂੰ ਵੇਖੋ ਕਿੰਨਾ ਸਫਰ ਕੀਤਾ ਹੈ ਜੀ 10000 ਛੱਡ ਦਿੱਤਾ ਭਾਈ ਜਾਨ 10000 ਰੁਪਏ ਛੱਡ ਦਿੱਤਾ ਹੋਰ ਇੱਕ ਛਾਲ ਮਾਰੋ ਕਿਤਰਾ ਛਾਲਾ ਮਰਨ ਚੰਗੀ ਹੋਣੀ ਹੈ ਜੀ ਛਾਲ ਵਾਲੀ ਆ ਆਸਰੇ ਇਮਰਾਨ ਖਾਨ ਨੇ ਛੱਡਿਆ ਨਹੀਂ ਜੀ ਕੋਈ ਕਰੋ ਆਸਰਾ ਇਤਨਾ ਘਣਾ ਰੇਟ ਸਾਨੂੰ ਤਾਂ ਮਹਿਸੂਸ ਹੋ ਰਿਹਾ ਅਗਰ ਦੋਸਤ ਜਿਹੜੇ ਪਸੰਦ ਕਰਦੇ ਆ ਕੀਕਾ ਜਾਣਾ ਉਹਨਾਂ ਦਾ ਕਿਰਾਇਆ ਹੀ ਨਹੀਂ ਮਾਣ ਆਉਂਦਾ ਉਹ ਦੋ ਗੱਲ ਕਰਦੇ ਹਾਂ ਕਿਰਾਇਆ ਸਾਨੂੰ ਛੱਡੋ ਕਿਰਾਇਆ ਛੱਡੋ ਥੋੜ੍ਹਾ ਨਾ ਨਾ ਠੀਕ ਹੈ ਜੀ ਨਹੀਂ ਜੀ ਕੋ ਪਿਆਰ ਮੁਹੱਬਤ ਕਰੋ ਇਤਨਾ ਘਣਾ ਮੈਨੂੰ ਘਣਾ ਮਹਿਸੂਸ ਹੋ ਰਿਹਾ ਸਰ ਵੀਡੀਓ ਬਣਾ ਰਿਹਾ ਮੈਂ ਨਾ ਸਿਰਫ 1 ਮਿੰਟ ਤੁਹਾਨੂੰ ਕਰਨਾ ਕਾਲ ਵੀਡੀਓ ਕੋਈ ਤਾਂ ਛਾਲ ਮਾਰੋ ਕਦ ਪਿਆਰ ਮੁਹੱਬਤ ਵਾਲੀ ਕੀ ਬਿਮਾਰੀ ਦੇ ਵਿੱਚ ਵੀਡੀਓ ਸਰ ਮੈਂ ਇੱਕ ਬਣਾ ਰਿਹਾ ਕਰਨੇ ਕਾਲ ਬਸ ਹਜ਼ਾਰ ਹਾਂ ਤੇ ਕੋਈ ਆ ਮੇਰੇ ਕੈਮਰੇ ਮੈਨ ਨੂੰ ਛੱਡੋ ਜਾ ਕੋਈ ਕੈਮਰੇ ਮੈਨ ਨੂੰ ਹਜ਼ਾਰ ਛੱਡ ਦਿੱਤਾ ਅੱਛਾ ਚਲੋ ਠੀਕ ਹੈ ਤੇ ਦੋਸਤੋ ਇਹਦਾ ਤੁਹਾਨੂੰ ਕੱਟੀ ਵੀ ਜਿਹੜੀ ਇਹਨੂੰ ਵਿਖਾਉਂਦੇ ਹਾਂ ਅਤੇ ਦੋਸਤੋ ਇਹ ਜਿਹੜੀ ਵੈ ਇਹ ਮੱਝ
14 15 दिन की सूई हुई है तो मुकम्मल चोया 12 लीटर के थले दुध है तो 15 दिन की सूई हुई है तो 188,000 रुपये जी 188,000 रुपये भाई कह रहे हैं तो तुम पसंद करो तो भाई और इंशाला प्यार मुहब्बत करसा भाई और पहली बार आए हैं तो अक्सर मज्जी माशाल्लाह इन्होंने चंगी आदि ने तो चंगी ही रखते हैं तो जी दूसरी मज तुम खाई है जी तकरीबन 8-7 दिन कटदी सूण में पहला सूआ सूआ कोई लेना है जी तो छोटे कद की है जमा तो दरमियानी जी वेल दी है तो सिन जड़े ने माशाल्लाह चूरकुंड काली नील है कालिया अखा ही सूँ तो तकरीबन 8-10 दिन कटदी सूण दोस्तों तुम पसंद करो तो पसंद करके तुम खरीद सकते हो तो कैमरामैन है माज का जड़ा ना कट्टी भी खा ला फिर आप दोस्तों करने आइया कट्टी है ना जी ठीक है दोस्तों तुम विखा दी है दोस्तों दोवें मज्जा पसंद करके तुम खरीद सकते हो असं एक बार फिर कहना दोस्तों साढ़े चैनल सबसक्राइब करो तो बैल आइकन बटन जरूर प्रेस करो ताकि साड़ी हार आवन वाली वीडियो थोड़े तक पहुँच सके मिलने हैं दोस्तों अगली वीडियो से इजाजत दो खुदा।